ਬਾਬਾ ਫਰੀਦ ਗਰੁੱਪ ਆਫ ਇੰਸਟੀਟਿਊਸ਼ਨਸ ਵੱਲੋਂ ਇਲਾਕੇ ਲਈ ਤੇ ਸਮੂਹ ਭਾਰਤ ਲਈ ਭਾਰਤ ਵਾਸੀਆਂ ਲਈ ਇੰਟਰਨੈਸ਼ਨਲ ਲੈਵਲ ਦੇ ਉੱਪਰ ਇੱਕ ਸਕਾਲਰਸ਼ਿਪ ਜਿਹੜੀ ਹੈਗਾ ਟੈਸਟ ਉਹ ਸ਼ੁਰੂ ਕੀਤਾ ਜਾ ਰਿਹਾ ਹੈਗਾ। ਇਹ ਸਕਾਲਰਸ਼ਿਪ ਟੈਸਟ 1 ਜੁਲਾਈ ਤੋਂ ਲੈ ਕੇ 15 ਜੁਲਾਈ ਤੱਕ ਰਹੇਗਾ। ਇਹ ਸਕਾਲਰਸ਼ਿਪ ਟੈਸਟ ਦੇ ਔਨਲਾਈਨ ਸਕਾਲਰਸ਼ਿਪ ਟੈਸਟ ਹੈਗਾ ਜਿਹੜਾ ਕੰਪਿਊਟਰ ਦੇ ਉੱਤੇ ਮੋਬਾਈਲ ਦੇ ਉੱਤੇ ਅਵੇਲੇਬਲ ਹੋਊਗਾ, ਜਿਸ ਦੇ ਵਿੱਚ 30 ਕੁਐਸਚਨ ਪੁੱਛੇ ਜਾਣਗੇ ਵਿਦਿਆਰਥੀਆਂ ਨੂੰ ਔਰ ਉਹਨਾਂ 30 ਜਿਹੜੇ ਮਲਟੀਪਲ MCQs ਹੈਗੇ ਆ, ਮਲਟੀਪਲ ਚੁਆਇਸ ਕੁਐਸਚਨਸ ਹੈਗੇ ਆ, ਉਹਨਾਂ ਦੇ 30 ਆਂਸਰ ਦੇਣ ਲਈ, ਉੱਤਰ ਦੇਣ ਲਈ 30 ਮਿੰਟ ਅਵੇਲੇਬਲ ਹੋਣਗੇ। ਔਰ ਇਸ ਸਕਾਲਰਸ਼ਿਪ ਨੂੰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 50,000 ਰੁਪਏ ਤੱਕ ਦੀ ਜਿਹੜੀ ਹੈਗੀ ਆ ਸਕਾਲਰਸ਼ਿਪ ਉਹ ਮਿਲੇਗੀ। ਇਸ ਸਕਾਲਰਸ਼ਿਪ ਟੈਸਟ ਦਾ ਜਿਹੜਾ ਹੈਗਾ ਉਹ ਮੁੱਖ ਮੰਤਵ ਇਹ ਹੈਗਾ ਕਿ ਬਹੁਤ ਸਾਰੇ ਵਿਦਿਆਰਥੀ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਕਿ ਸਾਲਾਨਾ ਪ੍ਰੀਖਿਆਵਾਂ ਦੌਰਾਨ ਜਾਂ ਜਿਹੜੀਆਂ ਉਹਨਾਂ ਦੀਆਂ ਪ੍ਰੀਖਿਆਵਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਕਈ ਵਾਰ ਉਹ ਪਰਫੋਰਮ ਨਹੀਂ ਕਰ ਪਾਉਂਦੇ ਕਿਸੇ ਕਾਰਨ ਕਰਕੇ, ਅਤੇ ਉਹ ਵਿਦਿਆਰਥੀ ਜਿਹੜੀ ਬਾਬਾ ਫਰੀਦ ਗਰੁੱਪ ਆਫ ਇੰਸਟੀਟਿਊਸ਼ਨ ਵੱਲੋਂ ਵੱਖਰੇ ਤੌਰ 'ਤੇ 3 ਕਰੋੜ ਦੀ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ, ਉਸ ਤੋਂ ਵਾਂਝੇ ਰਹਿ ਜਾਂਦੇ ਨੇ, ਤਾਂ ਉਹਨਾਂ ਵਿਦਿਆਰਥੀਆਂ ਨੂੰ ਜਿਨ੍ਹਾਂ ਵਿਦਿਆਰਥੀ ਕਿਸੇ ਕਾਰਨ ਕਰਕੇ ਸਾਲਾਨਾ ਪ੍ਰੀਖਿਆਵਾਂ ਦੇ ਵਿੱਚ ਨਹੀਂ ਪਰਫੋਰਮ ਕਰ ਸਕੇ, ਉਹਨਾਂ ਵਿਦਿਆਰਥੀਆਂ ਲਈ ਇੱਕ ਬਹੁਤ ਹੀ ਸੁਨਹਿਰੀ ਮੌਕਾ, ਗੋਲਡਨ ਅਪਰਚੁਨਿਟੀ ਬਾਬਾ ਫਰੀਦ ਗਰੁੱਪ ਆਫ ਇੰਸਟੀਟਿਊਸ਼ਨ ਵੱਲੋਂ ਦਿੱਤੀ ਗਈ ਹੈਗੀ ਹੈ, ਜਿਸ ਵਿੱਚ ਇਹ ਸਕਾਲਰਸ਼ਿਪ ਟੈਸਟ, ਇਹ ਸਕਾਲਰਸ਼ਿਪ ਟੈਸਟ ਨੂੰ ਕਰਨ ਦਾ ਇਸ ਤੱਕ ਪਹੁੰਚਣ ਦਾ ਤਰੀਕਾ ਬੜਾ ਸਿੰਪਲ ਹੈ। ਬਾਬਾ ਫਰੀਦ ਗਰੁੱਪ ਆਫ ਇੰਸਟੀਟਿਊਸ਼ਨ ਦੀ ਵੈਬਸਾਈਟ ਹੈ www.babafreedgroup.com ਦੇ ਉੱਪਰ ਜਾ ਕੇ ਕੋਈ ਵੀ ਵਿਦਿਆਰਥੀ ਇਸ ਨੂੰ ਲੌਗਇਨ ਕਰਕੇ ਇਸ ਜਿਹੜਾ ਹੈਗਾ ਆਪਣਾ ਸਕਾਲਰਸ਼ਿਪ ਟੈਸਟ ਦੇ ਵਿੱਚ ਬੈਠ ਸਕਦਾ ਹੈਗਾ। ਇਹ ਘਰ ਬੈਠ ਕੇ ਤੁਸੀਂ ਸਕਾਲਰਸ਼ਿਪ ਟੈਸਟ ਦੇ ਸਕਦੇ ਹੋ, ਆਪਣੇ ਮੋਬਾਈਲ 'ਤੇ ਦੇ ਸਕਦੇ ਹੈਗੇ ਹੋ, ਇਹ ਟੈਸਟ ਤੁਸੀਂ ਕੰਪਿਊਟਰ 'ਤੇ ਜੇ ਤੁਹਾਡੇ ਕੋਲ ਇੰਟਰਨੈਟ ਦੀ ਸੁਵਿਧਾ ਅਵੇਲੇਬਲ ਹੈਗੀ ਹੈ ਤਾਂ ਤੁਸੀਂ ਉਸ 'ਤੇ ਵੀ ਦੇ ਸਕਦੇ ਹੋ। ਮੈਂ ਇੱਥੇ ਇੱਕ ਗੱਲ ਇਹ ਵੀ ਦੱਸਣੀ ਚਾਹਾਂਗਾ ਕਿ ਇਹ ਜਿਹੜਾ ਟੈਸਟ ਹੈਗਾ ਇਹ ਗ੍ਰੈਜੂਏਸ਼ਨ ਪੱਧਰ ਦੇ ਅਤੇ ਪੋਸਟ ਗ੍ਰੈਜੂਏਸ਼ਨ ਪੱਧਰ ਦੇ ਵਿਦਿਆਰਥੀਆਂ ਲਈ ਹੈਗਾ, ਵੱਖ ਵੱਖ ਕੋਰਸਾਂ ਲਈ ਹੈ। ਗ੍ਰੈਜੂਏਸ਼ਨ ਜਿਹੜੇ ਕਿ +2 ਜਿਨ੍ਹਾਂ ਵਿਦਿਆਰਥੀਆਂ ਨੇ ਕਮਰਸ, ਨਾਨ ਮੈਡੀਕਲ, ਮੈਡੀਕਲ, ਹਿਊਮੈਨਿਟੀਜ਼ ਗਰੁੱਪ ਦੇ ਵਿੱਚ ਕੀਤੀ ਹੋਈ ਹੈ, ਜਾਂ ਜਿਨ੍ਹਾਂ ਬੱਚਿਆਂ ਨੇ ਡਿਪਲੋਮਾ ਕੀਤਾ ਹੋਇਆ ਔਰ ਡਿਪਲੋਮਾ ਤੋਂ ਬਾਅਦ ਇੰਜੀਨੀਅਰਿੰਗ ਕਾਲਜ ਵਿੱਚ ਦਾਖਲਾ ਲੈਣਾ ਚਾਹੁੰਦੇ ਨੇ, ਉਹਨਾਂ ਵਿਦਿਆਰਥੀਆਂ ਲਈ ਬੜਾ ਇਹ ਸੁਨਹਿਰੀ ਮੌਕਾ ਜਿਹਦੇ ਵਿੱਚ 50,000 ਰੁਪਏ ਤੱਕ ਦੀ ਜਿਹੜੀ ਹੈਗੀ ਹੈ ਸਕਾਲਰਸ਼ਿਪ ਇਹ ਬਾਬਾ ਫਰੀਦ ਗਰੁੱਪ ਆਫ ਇੰਸਟੀਟਿਊਸ਼ਨ ਵੱਲੋਂ ਦਿੱਤੀ ਜਾ ਰਹੀ ਹੈ। ਇਸੇ ਤਰ੍ਹਾਂ ਜਿਹੜੇ ਬੱਚਿਆਂ ਨੇ ਗ੍ਰੈਜੂਏਸ਼ਨ ਕੀਤੀ ਹੈ, ਚਾਹੇ ਉਹ ਸਾਇੰਸ ਸਟਰੀਮ ਦੇ ਵਿੱਚ ਕੀਤੀ ਹੋਈ ਹੈ, ਚਾਹੇ ਕਮਰਸ ਸਟਰੀਮ ਦੇ ਵਿੱਚ ਕੀਤੀ ਹੋਈ ਹੈ, ਚਾਹੇ ਹਿਊਮੈਨਿਟੀਜ਼ ਸਟਰੀਮ ਦੇ ਵਿੱਚ ਕੀਤੀ ਹੋਈ ਹੈ, ਉਹਨਾਂ ਵਿਦਿਆਰਥੀਆਂ ਲਈ ਵੀ ਇਹ ਟੈਸਟ ਅਵੇਲੇਬਲ ਹੈਗਾ। ਔਰ ਇਹ ਟੈਸਟ ਸਾਡਾ ਜਿਹੜੀ ਬਾਬਾ ਫਰੀਦ ਗਰੁੱਪ ਆਫ ਇੰਸਟੀਟਿਊਸ਼ਨ ਦੀ ਵੈਬਸਾਈਟ ਹੈ www.babafreedgroup.com ਦੇ ਉੱਪਰ ਜਾ ਕੇ ਵਿਦਿਆਰਥੀ ਇਸ ਨੂੰ ਜਿਹੜਾ ਇਸ ਟੈਸਟ ਨੂੰ ਕਰ ਸਕਦੇ ਨੇ। ਜਿਵੇਂ ਇਹਨਾਂ ਦਾ ਟੈਸਟ 30 ਮਿੰਟ ਦਾ ਟੈਸਟ ਖਤਮ ਹੋਏਗਾ ਜਿਹਦੇ ਵਿੱਚ 30 ਪ੍ਰਸ਼ਨ ਹੋਣਗੇ, ਉਵੇਂ ਹੀ ਉਸ ਤੋਂ ਬਾਅਦ ਸਕਰੀਨ ਦੇ ਉੱਤੇ ਉਹਨਾਂ ਨੇ ਕਿੰਨੀ ਉਹਨਾਂ ਨੂੰ ਸਕਾਲਰਸ਼ਿਪ ਮਿਲਣੀ ਹੈ ਉਹ ਜਿਹੜੀ ਹੈਗੀ ਆ ਉੱਥੇ ਡਿਸਪਲੇ ਹੋ ਜਾਵੇ।